ਹੈਲੋ ਗਾਈਸ, ਵੈਲਕਮ ਟੂ ਮਾਈ ਯੂਟਿਊਬ ਚੈਨਲ। ਸੋ ਅੱਜ ਤੁਹਾਡੇ ਨਾਲ ਫਿਰ ਹਾਜ਼ਰ ਹੋਏ ਹਾਂ ਕੋਈ ਨਵੀਂ ਵੀਡੀਓ ਲੈ ਕੇ। ਸੋ ਅੱਜ ਅਸੀਂ ਜਾਵਾਂਗੇ ਮਾਰਕੀਟ ਦੇ ਵਿੱਚ, ਬਿਕੋਜ਼ ਸਾਡਾ ਜਿਹੜਾ ਸਮਾਨ ਹੈ ਘਰ ਦਾ, ਜਿੱਦਾਂ ਗਰੋਸਰੀ ਵਗੈਰਾ ਹੋਈ, ਉਹ ਸਮਾਨ ਮੁੱਕਿਆ ਹੈ। ਸੋ ਅੱਜ ਆਪਾਂ ਉਹ ਬਾਏ ਕਰਨ ਜਾਵਾਂਗੇ। ਟਾਈਮ ਹੋ ਗਿਆ 6:30 ਹੋ ਗਿਆ ਸ਼ਾਮ ਦੇ। ਸੋ ਹੁਣ ਆਪਾਂ ਜਾਵਾਂਗੇ ਮਾਰਕੀਟ ਦੇ ਵਿੱਚ। ਸਭ ਤੋਂ ਪਹਿਲਾਂ ਚੈੱਕ ਕਰਦੇ ਹਾਂ ਕਿ ਬੱਸ ਕਿੰਨੇ ਵਜੇ ਜਾ ਰਹੀ ਹੈ। ਸੋ ਫਿਰ ਆਪਾਂ ਚੱਲਦੇ ਹਾਂ ਉਸ ਹਿਸਾਬ ਨਾਲ। ਬਣੇ ਰਹੋ ਸਾਡੀ ਵੀਡੀਓ ਦੇ ਨਾਲ, ਤੁਹਾਨੂੰ ਮਿਲਦੇ ਹਾਂ ਫਿਰ, ਦੱਸਦੇ ਹਾਂ ਕਿ ਬਾਜ਼ਾਰ ਦੇ ਵਿੱਚ ਜਾ ਕੇ ਕੀ ਕੀ ਬਾਈ ਕੀਤਾ। ਸੋ ਬਾਕੀ ਤੁਹਾਨੂੰ ਦੱਸਾਂਗੇ ਕਿ ਆਪਾਂ ਕਿੱਦਾਂ ਗਏ, ਬੱਸ 'ਚ ਗਏ ਜਾਂ ਉਬਰ ਕਰਕੇ ਗਏ। ਮਿਲਦੇ ਹਾਂ ਤੁਹਾਨੂੰ ਥੋੜ੍ਹੇ ਟਾਈਮ ਤੱਕ। ਸੋ ਹੁਣ ਚੱਲਦੇ ਹਾਂ ਜੀ। ਬੱਸ ਦਾ ਟਾਈਮ 6:25 'ਤੇ ਆ। ਸੋ ਹੁਣ ਸਭ ਤੋਂ ਪਹਿਲਾਂ ਸ਼ੂਜ਼ ਪਾਉਂਦੇ ਅਤੇ ਚਲੋ ਬਾਹਰ ਤਾਂ ਮੇਰਾ ਹੀ ਹੈ। ਸੋ ਸ਼ੂਜ਼ ਚੰਗੀ ਸੀ, ਚੰਗਾ ਹੈ। ਲਾਈਟ ਕਰਦੇ ਹਾਂ ਬੰਦ, ਡੋਰ ਨੂੰ ਵੀ ਕਰਦੇ ਹਾਂ ਬੰਦ। ਸੋ ਹਨੇਰਾ ਹੋ ਗਿਆ ਬਾਹਰਲੀ ਸਾਈਡ, ਤੁਸੀਂ ਦੇਖ ਸਕਦੇ ਹਾਂ। ਸੋ ਇਸ ਸਾਈਡ ਵੀ ਰੋਡ 'ਤੇ ਵੈਸੇ ਗੱਡੀਆਂ ਆ ਰਹੀਆਂ, ਇਸ ਸਾਈਡ ਵੀ। ਸੋ ਹੁਣ ਅਸੀਂ ਰੋਡ ਕਰੋਸ ਕਰਦੇ ਹਾਂ, ਕਾਫੀ ਗੱਡੀਆਂ ਆ ਰਹੀਆਂ, ਥੋੜ੍ਹਾ ਦੇਖ ਕੇ ਟੱਪਣਾ ਪੈਣਾ। ਸਾਡੀ ਜਿਹੜੀ ਬੱਸ ਹੈ ਉਹ ਵੀ ਜਾਣਾ ਵੀ ਆ, ਦੌੜਨਾ ਹੀ ਪਊਗਾ ਹੁਣ ਤਾਂ। ਸੋ ਅੱਜ ਸਵੇਰ ਦੀ ਬਾਰਿਸ਼ ਲੱਗੀ। ਸੋ ਸਾਹਮਣੇ ਸਾਡਾ ਬੱਸ ਸਟੋਪ ਹੈ ਜਿੱਥੋਂ ਅਸੀਂ ਬੱਸ ਫੜਾਂਗੇ। ਹਨੇਰਾ ਹੋ ਗਿਆ, ਬੱਸ ਸਟੋਪ 'ਤੇ ਉਤਰ ਗਿਆ ਮੈਂ ਹੁਣ। ਸੋ ਹੁਣ ਮਾਰਕੀਟ ਵੱਲ ਨੂੰ ਚੱਲਦੇ ਹਾਂ, ਹਨੇਰਾ ਬਹੁਤ ਹੋ ਗਿਆ ਮਿੱਤਰੋ, ਫੇਸ ਵੀ ਨਹੀਂ ਆ ਰਿਹਾ ਪੂਰਾ ਕਲੀਅਰ। ਸੋ ਅੱਜ ਜਿਹੜਾ ਮੌਸਮ ਸੀਗਾ, ਸਾਰਾ ਮੀਂਹ, ਸਾਰਾ ਦਿਨ ਮੀਂਹ ਪੈਂਦਾ ਰਿਹਾ। ਸੋ ਅੱਜ ਠੰਡ ਵੀ ਘੱਟ ਹੈ ਉੱਦਾਂ ਨਾ, ਕਿਉਂ ਸਨੋਅ ਨਹੀਂ ਨਾ ਪਈ, ਵਰਖਾ ਕਰਕੇ ਇੰਨੀ ਜ਼ਿਆਦਾ ਠੰਡ ਨਹੀਂ ਲੱਗ ਰਹੀ। ਉੱਪਰ ਬੱਦਲ ਵੀ ਹੈਗਾ ਨਾ, ਜੇ ਸਨੋਅ ਵਗੈਰਾ ਹੋਵੇ ਫਿਰ ਤਾਂ ਜ਼ਿਆਦਾ ਠੰਡ ਲੱਗਦੀ ਹੈ। ਸੋ ਆਪਾਂ ਉਹ ਮਾਰਕੀਟ ਦੇ ਵਿੱਚ ਜਾਵਾਂਗੇ, ਵਾਲਮਾਰਟ ਦੇ ਵਿੱਚ। ਕਿ ਆਪਾਂ ਪੈਦਲ ਵੀ ਜਾ ਸਕਦੇ ਹਾਂ ਇਸ ਸਾਈਡ ਤੋਂ। ਸੋ ਇਸ ਸਾਈਡ ਜਿਹੜੀਆਂ ਸਾਰੀਆਂ ਹੀ ਮਾਰਕੀਟ ਹੈ, ਜਿੰਨੇ ਵੀ ਆਪਣੇ ਪਿਛਲੀ ਸਾਈਡ ਹੈ, ਜਿੱਦਾਂ ਡੋਲਰਾਮਾ ਹੋ ਗਿਆ, ਟਿਮ ਹੋਟ ਅਵੇਲੇਬਲ ਸ਼ੋਪਸ ਹੈ ਇੱਥੇ, ਯਾਨੀ ਕਿ ਇਹ ਥੱਲੇ ਵਾਲਮਾਰਟ ਹੈ, ਉੱਪਰ ਸੋਬੀਸ ਹੈ। ਸੋ ਹੁਣ ਚੱਲਦੇ ਹਾਂ ਮਾਰਕੀਟ ਦੇ ਵਿੱਚ, ਤੁਹਾਨੂੰ ਦੱਸਦੇ ਹਾਂ
ਕੀ ਕੀ ਸਮਾਨ ਲਿਆ ਸੀ ਅਤੇ ਬਣੇ ਰਹੋ ਸਾਡੀ ਵੀਡੀਓ ਦੇ ਨਾਲ। ਲਾਈਕ ਜ਼ਰੂਰ ਕਰਿਆ ਕਰੋ, ਕਮੈਂਟ ਵੀ ਜ਼ਰੂਰ ਕਰਿਆ ਕਰੋ, ਸਪੋਰਟ ਕਰਿਆ ਕਰੋ ਜ਼ਰੂਰ ਚੈਨਲ ਨੂੰ। ਸਪੋਰਟ ਨਾਲ ਹੀ ਬੰਦੇ ਦਾ ਹੌਸਲਾ ਵੱਧਦਾ। ਸੋ ਜੇ ਕੋਈ ਗਲਤੀ ਹੋਵੇ ਉਹ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ। ਹਰ ਕੋਈ ਤਾਂ ਸਿੱਖ ਕੇ ਨਹੀਂ ਆਉਂਦਾ, ਪਰ ਹੌਲੀ ਹੌਲੀ ਲੱਗਦਾ ਬੰਦੇ ਨੂੰ। ਚਲੋ ਕੋਈ ਗੱਲ ਨਹੀਂ, ਜਿੱਥੇ ਗਲਤੀ ਹੋਊਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਚੱਲਦੇ ਹਾਂ ਹੁਣ ਮਾਰਕੀਟ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਚੱਕਾਂਗੇ ਇੱਥੋਂ ਇੱਕ ਟਰੋਲੀ। ਮਾਰਕੀਟ ਦੇ ਵਿੱਚ ਇਸ ਸਾਈਡ ਜਿੱਦਾਂ ਮਤਲਬ ਸੇਲ ਵਗੈਰਾ ਲੱਗੀ ਹੁੰਦੀ ਹੈ, ਉਹ ਸਾਰਾ ਹੀ ਸਮਾਨ ਪਿਆ। ਸੋ ਬਾਕੀ ਜਿਹੜਾ ਸਮਾਨ ਹੈ ਹੁਣ ਬਾਏ ਕਰਦੇ ਹਾਂ, ਜਿਹੜੀ ਜਿਹੜੀ ਨੀਡ ਹੈ ਸਾਨੂੰ ਸਮਾਨ ਦੀ, ਇੱਦਾਂ ਦੀ ਟੋਕਰੀ ਲੈ ਲਈ ਦੀ, ਉਹਦੇ ਵਿੱਚ ਸਾਰਾ ਹੀ ਸਮਾਨ ਰੱਖੀ ਜਾਈਦਾ। ਇੱਥੇ ਟਮਾਟਰ ਖੀਰੇ ਹੋ ਗਏ, ਇੱਧਰ ਵੀ ਟਮਾਟਰ, ਇਸ ਸਾਈਡ ਸਾਰੀਆਂ ਸਬਜ਼ੀਆਂ ਲੱਗੀਆਂ। ਸੋ ਹੁਣ ਥੋੜ੍ਹੇ ਥੋੜ੍ਹੇ ਪਾਈ ਜਾਵਾਂਗੇ। ਸੋ ਇਹ ਹੈਗਾ ਨਾਰੀਅਲ, ਨਾਰੀਅਲ ਵੀ ਹੈਗਾ, ਅਮਰੂਦ ਵੀ ਹੈਗਾ, ਅਨਾਰ ਵੀ ਹੈ। ਇਹਨੂੰ ਰਜਾਈ 'ਚ ਰੈਪ ਕੀਤਾ ਹੋਇਆ। ਇਹ ਨਾਰੀਅਲ ਹੈ, ਇਹ ਠੂਠੀ ਵਾਲਾ ਹੁੰਦਾ ਜਿੱਦਾਂ ਮਤਲਬ। ਸੋ ਨਿੰਬੂ ਵੀ ਹੈਗੇ ਹੈ, ਆ ਜਿੱਦਾਂ ਟਮਾਟਰ ਹੁੰਦੇ ਜਿੱਦਾਂ ਮਤਲਬ ਛੋਟੇ, ਉਹ ਨੇ ਇਹ। ਸੋ ਇਸ ਸਾਈਡ ਕੀ ਹੈ, ਆਵਾਕਾਟੂ ਹੈ, ਇਹ ਆਵਾਕਾਟੂ। ਇਹ ਜਿੱਦਾਂ ਮਤਲਬ ਕੀ ਕਹਿੰਦੇ ਆ, ਪਲਮਸ, ਔਰੇਂਜ, ਲੈਮਨ ਆ ਗਏ ਇਸ ਸਾਈਡ, ਅਤੇ ਸੰਤਰੇ ਆ ਗਏ ਔਰੇਂਜ। ਸੋ ਇੱਥੇ ਜਿਹੜਾ ਸਮਾਨ ਦਾ ਵੇਟ ਕੀਤਾ ਜਾਂਦਾ ਉੱਪਰ ਰੱਖ ਕੇ, ਇਹਦੇ ਵਿੱਚ ਆਪਾਂ ਇੱਕ ਪੋਲੋਥੀਨ ਤੋੜ ਲਵਾਂਗੇ, ਉਹਦੇ ਵਿੱਚ ਸਮਾਨ ਪਾ ਕੇ ਫੇਰੀ ਦੇ ਵਿੱਚ ਰੱਖਾਂਗੇ। ਸੋ ਇਹਦੇ ਇੱਧਰਲੀ ਸਾਈਡ ਸਾਰੇ ਜਿੱਦਾਂ ਅੰਗੂਰ, ਆ ਜਿਹੜੇ ਨੋਰਮਲ ਅੰਗੂਰ ਹੁੰਦੇ ਆ, ਇਹ ਕਾਲੇ ਅੰਗੂਰ ਹੈ। ਸੋ ਆਹ ਦੇਖੋ ਤੁਸੀਂ ਪਿਆਜ਼ ਸਾਈਜ਼ ਚੈੱਕ ਕਰੋ, ਪਿਆਜ਼ ਦਾ ਕਿੱਡਾ ਵੱਡਾ ਸਾਈਜ਼ ਹੈ। ਸੋ ਇਸ ਸਾਈਡ ਆਹ ਦੇਖੋ ਜਿਹੜੀ ਗੋਭੀ ਹੁੰਦੀ ਨਹੀਂ,
ਬੰਦ ਗੋਭੀ ਜਿਹਨੂੰ ਕਹਿੰਦੇ ਉਹ ਚੈੱਕ ਕਰੋ। ਆਲਮੋਸਟ ਸਾਰੀਆਂ ਚੀਜ਼ਾਂ ਮਿਲਦੀਆਂ ਇੱਥੇ ਵੀ ਜੋ ਇੰਡੀਆ ਦੇ ਵਿੱਚ ਮਿਲਦੀਆਂ। ਆਹ ਦੇਖੋ ਲਸਣ ਹੈ, ਘੀ ਆ ਗਿਆ, ਅਦਰਕ ਆ ਗਿਆ, ਦੇਖੋ ਹਾਂ ਲਸਣ ਪਿਆ, ਸਾਰਾ ਹੀ ਲਸਣ, ਪਤਾ ਨਹੀਂ ਕਿੰਨੇ ਕੁ ਪ੍ਰਕਾਰ ਦਾ ਹੈ, ਲਸਣ ਹੀ ਲਸਣ ਹੈ। ਇਹ ਪਤਾ ਨਹੀਂ ਕੀ ਚੀਜ਼ ਹੁੰਦੀ ਹੈ, ਸਵਾਹ ਜਿਹੜੇ ਬਤਾਊਂ ਸਵੀਟਸ ਪਟੈਟੋ ਜਿਹਨੂੰ ਸ਼ਕਰ ਗੰਦੀਆਂ ਵੀ ਕਹਿੰਦੇ ਨੇ। ਇਹ ਜਿਹੜੇ ਪਟੈਟੋ ਆ ਗਏ ਅੱਗੇ, ਆਲੂ, ਇਹ ਜਿਹੜੇ ਜਿੱਦਾਂ ਲਾਲ ਪਹਾੜੀ ਆਲੂ ਨਹੀਂ ਕਹਿ ਦਿੰਦੇ ਜਿੱਦਾਂ ਆਪਣੇ ਇੰਡੀਆ ਦੇ ਵਿੱਚ, ਇਹ ਉਹ ਨੇ। ਆਹ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ, ਜਿਹੜੇ ਲੋਕ ਆਮ ਖੇਤਾਂ ਦੇ ਵਿੱਚ ਉਗਾਉਂਦੇ, ਉਹ ਆਲੂ ਨੇ। ਅਤੇ ਸਾਰੇ ਓਨੀਅਨ ਆ ਗਏ, ਪਿਆਜ਼, ਜਿੱਦਾਂ ਪਿਆਜ਼, ਪਿਆਜ਼ ਦੀ ਵੱਖਰੀ ਵੱਖਰੀ ਕੁਆਲਿਟੀ ਹੁੰਦੀ ਹੈ, ਵੱਖਰੇ ਵੱਖਰੇ ਹੁੰਦੇ ਆ। ਆਹ ਚਿੱਟੇ ਪਿਆਜ਼ ਆ ਗਏ, ਇਹ ਉਸ ਤੋਂ ਥੋੜ੍ਹੇ ਬਰਾਊਨ, ਇਹ ਬਿਲਕੁਲ ਲਾਲ ਪਿਆਜ਼ ਜਿੱਦਾਂ ਮਤਲਬ ਹੁੰਦੇ, ਸਾਰੇ ਹੈਗੇ ਪਿਆਜ਼ ਤਾਂ। ਸੋ ਸਾਈਡ ਆਹ ਦੇਖੋ ਕੱਦੂ, ਕੱਦੂ ਵੀ ਹੈਗੇ, ਗਾਜਰਾਂ ਵੀ ਹੈਗੀਆਂ, ਸਾਰੇ ਆਲਮੋਸਟ ਸਮਾਨ ਹੈਗਾ ਥੈਲੀਆਂ ਦੇ ਵਿੱਚ ਪਾ ਕੇ ਰੱਖਿਆ ਹੈ। ਜਿੱਦਾਂ ਮਤਲਬ 5 ਕਿਲੋ ਦੀ ਥੈਲੀ ਹੈ, 7 ਕਿਲੋ ਦੀ ਥੈਲੀ ਹੈ। ਸੋ ਇਸ ਸਾਈਡ ਜਿਹੜੇ ਮਤਲਬ ਨਮਕੀਨ ਵਗੈਰਾ ਹੁੰਦੀਆਂ ਆਪਣੇ, ਗਿਰੀਆਂ ਗੁਰੀਆਂ, ਅਖਰੋਟ ਹੋਏ, ਸਾਰਾ ਹੀ ਸਮਾਨ ਮਿਲ ਜਾਂਦਾ ਇੱਥੇ। ਬਾਹਰ ਵੀ ਆਹ ਦੇਖੋ ਭੁਜੀਆ ਪਿਆ, ਨਮਕੀਨ ਪਈ ਹੈ। ਸੋ ਇਸ ਸਾਈਡ ਵੀ ਗਿਰੀਆਂ ਨੇ, ਆ ਜਿੱਦਾਂ ਮੁਰੱਬਾ ਕਹਿ ਦਿੰਦੇ ਹੁੰਦੇ ਉਹ ਚੀਜ਼, ਸੁੱਕਾ ਮੁਰੱਬਾ, ਅਖਰੋਟ, ਗਿਰੀਆਂ, ਇਹ ਵੀ ਸੁੱਕਾ ਮੁਰੱਬਾ, ਚੋਕਲੇਟ ਵਾਲੀਆਂ ਗਿਰੀਆਂ। ਬਾਕੀ ਸਾਈਡ ਆ ਗਿਰੀ ਪਕੌੜਾ, ਜਿੱਦਾਂ ਗਿਰੀ ਪਕੌੜਾ ਕਹਿ ਦਿੰਦੇ ਆਪਾਂ, ਸਾਰੇ ਹੀ ਹੈ ਸਮਾਨ ਜੋ ਵੀ ਇੰਡੀਆ ਦੇ ਵਿੱਚ ਮਿਲਦਾ ਨਾ। ਇਸ ਸਾਈਡ ਕੱਪੜੇ ਵਗੈਰਾ ਜਿੱਦਾਂ ਹੋ ਗਏ, ਸੋ ਇਸ ਸਾਈਡ ਆ ਕੇ ਜਿੱਦਾਂ ਬੇਕਰੀ ਦੇ ਵਿੱਚ ਮਿਲਦੇ ਹੁੰਦੇ ਨਾ ਕੇਕ ਵਗੈਰਾ, ਆਹ ਦੇਖੋ ਠੀਕ ਹੈ। ਸੋ ਆਪਣੇ ਜਿੱਦਾਂ ਇੰਡੀਆ ਦੇ ਵਿੱਚ ਕੁਲਚੇ ਹੁੰਦੇ ਆ, ਇੱਥੇ ਕੁਲਚੇ ਵੀ ਕਹਿ ਦਿੰਦੇ ਆਪਾਂ, ਜਿੱਦਾਂ ਰੋਟੀ ਹੁੰਦੀ ਹੈ ਇੱਥੇ ਇਹ ਚੱਲਦੀ ਹੈ। ਸੋ ਕਈ ਵਾਰੀ ਜਦੋਂ ਬੰਦਾ ਕੰਮ 'ਤੇ ਜਾਂਦਾ ਨਹੀਂ ਬਣਾ ਸਕਦਾ ਰੋਟੀ, ਫਿਰ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਇਹ ਸਾਰਾ ਉਹੀ ਸਿਸਟਮ ਹੈ ਜਿੱਦਾਂ ਆਪਣੇ ਇੰਡੀਆ, ਬ੍ਰੈਡ ਬਰੂਡ ਹੁੰਦੇ, ਕੁਲਚੇ ਕਲਚੇ ਹੁੰਦੇ ਆ, ਇਹ ਸਾਰੀਆਂ ਹੀ ਉਹ ਚੀਜ਼ਾਂ ਹੈਗੀਆਂ। ਇੱਧਰ ਬ੍ਰੈਡ ਆ ਗਈ, ਇਹ ਬਰਾਊਨ ਬ੍ਰੈਡ ਆ ਗਈ, ਇਹ ਕੁਲਚੇ, ਜਿੱਦਾਂ ਕੁਲਚੇ ਤਾਂ ਨਹੀਂ, ਜਿੱਦਾਂ ਮਤਲਬ ਬਰਗਰ ਕਹਿ ਸਕਦੇ ਆਪਾਂ, ਬਰਗਰ ਆ ਗਏ। ਇਹ ਬ੍ਰੈਡ ਹੀ ਹੈ ਸਾਰੀ, ਆਲਮੋਸਟ ਇਸ ਸਾਈਡ ਸਾਰੀ ਬ੍ਰੈਡ ਹੈ। ਸੋ ਇਹ ਜਿਹੜੇ ਆ ਜਿੱਦਾਂ ਮਤਲਬ ਛੋਟੇ ਕੇਕ ਵਾਲੇ ਬ੍ਰੈਡ ਹੁੰਦੇ ਨੇ। ਇਸ ਸਾਈਡ ਵੀ ਸਾਰੇ ਬ੍ਰੈਡ ਹੀ ਨੇ, ਇਹ ਵੀ ਸਾਰੇ ਬ੍ਰੈਡ ਹੀ ਨੇ। ਸੁਪਰਲੀ ਸਾਈਡ ਸਾਰੇ ਕੱਪੜੇ ਵਗੈਰਾ ਨੇ, ਉਹ ਤੁਹਾਨੂੰ ਬਾਅਦ 'ਚ ਦੱਸਾਂਗੇ, ਕਿਸੇ ਦਿਨ ਹੋਰ ਬਲੌਗ ਬਣਾਵਾਂਗੇ।
ਸਾਰੇ ਚਿਕਨ ਦਾ ਸਮਾਨ ਹੁੰਦਾ, ਜਿੱਦਾਂ ਮਤਲਬ ਚਿਕਨ ਖਾਣਾ ਹੋਵੇ ਤਾਂ ਮੱਛੀਆਂ ਲੱਗੀਆਂ, ਜਿੱਦਾਂ ਹਰ ਇੱਕ ਪ੍ਰਕਾਰ ਦੀਆਂ ਅਲੱਗ ਅਲੱਗ ਫਿਸ਼ ਜਿੱਦਾਂ ਹੋ ਗਈਆਂ। ਸੋ ਇਸ ਸਾਈਡ ਦੇਖਦੇ ਜੂਸ ਵਗੈਰਾ ਨੇ, ਹਰ ਇੱਕ ਪ੍ਰਕਾਰ ਦਾ ਜੂਸ ਹੈ, ਜਿੱਦਾਂ ਮਤਲਬ ਮਿਕਸ ਵੀ ਹੈਗਾ ਅਲੱਗ ਵੀ ਹੈਗਾ ਜੂਸ, ਵੀ ਅਲੱਗ ਅਲੱਗ ਪ੍ਰਕਾਰ ਦੇ ਆ ਆਪਾਂ ਯੂਜ ਕਰਦੇ ਹਾਂ। ਸਾਰੇ ਸਮਾਨ ਰੱਖ ਲਿਆ, ਭਿੰਡੀਆਂ ਵੀ ਰੱਖੀਆਂ ਇਹਨਾਂ ਨੇ, ਗੁਲਾਬ ਜਾਮਣਾ ਰਹਿ ਗਈਆਂ। ਹੁਣ ਆ ਹੈਗਾ ਜੀ ਮਿਲਕ ਕੇਕ, ਸਮੋਸੇ, ਇਹ ਹੈਗੀਆਂ ਗੁਲਾਬ ਜਾਮਣਾ, ਇਹ ਹੈਗੀ ਆਲੂ ਟਿੱਕੀ, ਇਹ ਹੈਗੇ ਰਸ, ਇਹ ਹੈਗਾ ਇੰਡੀਅਨ ਪਨੀਰ, ਸੋ ਕੋਲਡ ਡਰਿੰਕ, ਰੈਡ ਬੁਲ ਵੀ ਮਿਲ ਜਾਂਦੀ ਇੱਥੇ। ਇਹ ਆ ਗਿਆ ਮੈਦਾ, ਇਹ ਆ ਗਿਆ ਮੱਕੀ ਦਾ ਆਟਾ, ਸੋ ਇਹ ਹੈਗਾ ਬੇਸਣ, ਇਹ ਆ ਗਈ ਅੱਗੇ ਇਹ ਫਰੂਟੀ, ਇਹ ਦੇਸੀ ਘਿਓ, ਇਹ ਅਚਾਰ ਆ ਗਿਆ, ਜੇ ਆ ਗਈ ਚਾਟ ਪਾਪੜੀ, ਆ ਵੀ ਰਸ ਆ ਗਏ, ਸੋ ਹੁਣ ਸਾਰਾ ਸਮਾਨ ਖਰੀਦ ਲਿਆ, ਹੁਣ ਚਲੀਏ ਬਿੱਲ ਕਟਾਉਣ, ਉੱਧਰ ਨੂੰ ਪੈਰ ਪਿੱਛੇ ਹੁੰਦੇ ਆ ਜਦੋਂ ਬਿੱਲ ਦੀ ਵਾਰੀ ਆਉਂਦੀ ਨਾ। ਸੋ ਗਾਈਸ ਸਮਾਨ ਸਾਰਾ ਖਰੀਦ ਲਿਆ, ਹੁਣ ਬਿੱਲ ਕਟਾਉਂਦੇ ਹਾਂ, ਬਿੱਲ ਕਟਾਉਣ ਲੱਗੇ ਦਿਲ ਭਾਰਾ ਭਾਰਾ ਹੁੰਦਾ, ਸਮਾਨ ਹੀ ਬੜਾ ਜ਼ਿਆਦਾ ਹੈ, ਕਿਹੜਾ ਹੌਸਲਾ ਕਰੂਗਾ। ਚਾਲੀ ਹਜ਼ਾਰ ਦਾ ਸਮਾਨ ਆ ਗਿਆ, ਹੋ ਰਿਹਾ ਤੋ ਗਾਈ ਸਮਾਨ ਲੈ ਲਿਆ, ਹੁਣ ਇਹਦੀ ਸੈਟਿੰਗ ਕਰਦੇ ਹਾਂ, ਸਮਾਨ ਬਹੁਤ ਮਹਿੰਗਾ ਆ ਗਿਆ ਇਹ।
ਇਹ ਕਿੰਨੇ ਦਾ ਆਇਆ ਇਹ? $460 ਦਾ। ਸੋ ਸਮਾਨ ਸਾਡੇ ਕੋਲ ਜ਼ਿਆਦਾ ਸੀਗਾ, ਸੋ ਹੁਣ ਆਪਾਂ ਟੈਕਸੀ ਕੀਤੀ ਹੈ ਜਿਹਨੂੰ ਉਬਰ ਕਹਿੰਦੇ ਨੇ। ਸੋ ਹੁਣ ਉਹਦੇ ਵਿੱਚ ਸਮਾਨ ਰੱਖ ਕੇ ਲੈ ਕੇ ਜਾਵਾਂਗੇ। ਸੋ ਇਹ ਟੈਕਸੀ ਵਾਲਾ ਆ ਗਿਆ ਬਾਈ, ਇਹਦੇ ਵਿੱਚ ਰੱਖਦੇ ਹਾਂ ਸਮਾਨ। ਸਮਾਨ ਰੱਖ ਲਿਆ ਸਾਰਾ ਹੀ, ਹੁਣ ਚੱਲਦੇ ਹਾਂ ਘਰ ਨੂੰ। ਲਓ ਜੀ ਹੁਣ ਘਰ ਪਹੁੰਚ ਗਏ ਹਾਂ, ਸਾਰਾ ਸਮਾਨ ਲਾ ਲਈਏ, ਮਿਲਦੇ ਹਾਂ ਤੁਹਾਨੂੰ ਬਾਅਦ 'ਚ। ਪਹੁੰਚ ਗਏ ਹਾਂ ਘਰ ਜਿੱਦਾਂ ਵੀ ਇੰਨਾ ਸਮਾਨ ਲੈ ਕੇ। ਸੋ ਹੁਣ ਪਾਣੀ ਪੂਣੀ ਪੀ ਲਈਏ, ਮਿਲਦੇ ਹਾਂ ਫਿਰ ਤੁਹਾਨੂੰ ਅਗਲੀ ਕਿਸੇ ਵੀਡੀਓ ਦੇ ਵਿੱਚ। ਤਦ ਤੱਕ ਲਈ ਧੰਨਵਾਦ।